ਸਿਰਫ ਤੁਹਾਨੂੰ ਇੱਕ ਚੰਗੀ ਚੀਜ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਨਹੀਂ ਚੰਗੀ ਸਾਂਝੀ, ਚੰਗੀ ਸਿੱਖਿਆ ਜਿਹੜੀ ਸਾਨੂੰ ਮਿਲੀ ਹੈ ਪਰਮਾਤਮਾ ਵੱਲੋਂ, ਅਸੀਂ ਇਸ ਤਰੀਕੇ ਕਾਬਿਲ ਬਣੇ ਹਾਂ, ਅਸੀਂ ਤੁਹਾਡੀ ਮਦਦ ਕਰ ਰਹੇ ਹਾਂ, ਇਹੋ ਜਿਹੀ ਸਾਨੂੰ ਸਿੱਖਿਆ ਮਿਲੀ ਆ ਤੇ ਅਸੀਂ ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ ਤੇ ਉਵੇਂ ਤੁਹਾਨੂੰ ਚਾਰ ਗੱਲਾਂ ਸਮਝਾਉਣ ਲੱਗੇ ਹਾਂ। ਸਭ ਤੋਂ ਪਹਿਲੀ ਗੱਲ, ਤੁਸੀਂ ਪਹਿਲੀ ਗੱਲ ਦਾ ਧਿਆਨ ਰੱਖਣਾ ਹੈ, ਹਰ ਇੱਕ ਨਾਲ ਪਿਆਰ ਨਾਲ ਗੱਲ ਕਰਨੀ ਹੈ, ਮਿੱਠਾ ਮਿੱਠਾ ਵਰਗੇ ਰਹਿਣਾ, ਮਿੱਠੇ ਨਾਲ ਸੁਣਨਾ, ਹਰ ਇੱਕ ਨੂੰ ਪਿਆਰ ਨਾਲ ਸਤਿਕਾਰ ਨਾਲ ਗੱਲ ਕਰਨੀ ਹੈ, ਭਾਵੇਂ ਉਹ ਗਰੀਬ ਹੈ ਜਾਂ ਭਾਵੇਂ ਅਮੀਰ ਹੈ, ਤੁਹਾਡੇ ਨਾਲ ਮਾੜਾ ਕੀਤਾ ਤੁਸੀਂ ਸਭ ਨਾਲ ਸਤਿਕਾਰ ਨਾਲ ਪਿਆਰ ਨਾਲ ਗੱਲ ਕਰੋ, ਕਿਸੇ ਨਾਲ ਗੁੱਸੇ ਨਾਲ ਨਾ ਗੱਲ ਕਰੋ, ਠੀਕ ਹੈ ਜੀ। ਦੂਜੀ ਗੱਲ ਸੁਣ ਲਓ, ਪਹਿਲਾਂ ਸੁਣ ਲਓ ਬਾਅਦ ਚੋਂ ਆਪਾਂ ਕਰੀਏ ਨਾ। ਪਹਿਲੀ ਗੱਲ, ਸਾਰਿਆਂ ਨੇ ਪਿਆਰ ਨਾਲ ਕਿਸੇ ਨੂੰ ਕੋਈ ਗਾਲ ਨਾ ਕੱਢੇ, ਉਹੀ ਗੱਲ ਕਹਿ ਰਿਹਾ ਕਿ ਵੀ ਬੜੇ ਬੜੇ ਰਿਸਪੈਕਟਫੁਲੀ ਰਹੀਏ, ਹਰ ਇੱਕ ਦੀ ਇੱਜ਼ਤ ਕਰੀਏ। ਦੂਜੀ ਗੱਲ, ਹਮੇਸ਼ਾ ਸੱਚ ਨਾਲ ਜੁੜੀਏ, ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਕਿ ਤੁਹਾਡੇ ਇਸ ਮਨੁੱਖੀ ਦੇਹੀ ਚ ਆ ਕੇ ਤੁਸੀਂ ਕਰਨਾ ਕੀ ਆ, ਕਿਉਂ ਤੁਹਾਨੂੰ ਮਿਲਿਆ ਪਰਮਾਤਮਾ ਨੇ ਸਰੀਰ ਦਿੱਤਾ, ਕਿ ਕੱਲਾ ਤੁਸੀਂ ਲੁਹਾਰ ਬਣਨਾ, ਕੱਲਾ ਤੁਸੀਂ ਲੋਹਾ ਬਣਾ ਕੇ ਵੇਚਣਾ ਤੇ ਖਾਣਾ, ਇਹੀ ਕੰਮ ਕਿਹਾ ਤੁਹਾਨੂੰ ਕਰਨ ਨੂੰ।